ਅੱਛਾ ਜੇ ਇਦਾਂ ਦੀਆਂ ਖਬਰਾਂ ਜਿਹੜੀਆਂ ਉਹ ਖੁਸ਼ ਕਰ ਦਿੰਦੀਆਂ ਆ ਬੰਦਿਆਂ ਨੂੰ ਪੰਜਾਬ ਦੇ ਵਿੱਚ 4 ਘੰਟੇ ਦੇ ਵਿੱਚ ਬਣਿਆ ਇੱਕ ਬੰਦਾ ਕਰੋੜਪਤੀ ਟਿਕਟ ਖਰੀਦਣ ਤੋਂ ਬਾਅਦ ਨਿਕਲੇ 2.5 ਕਰੋੜ ਦੀ ਲੋਟਰੀ ਖੁਸ਼ਹਾਰਪੁਰ ਸਟਾਲ ਦੇ ਉੱਤੇ ਪਹੁੰਚ ਕੇ ਹੋਇਆ ਯਕੀਨ ਸੋ ਖੁਸ਼ਹਾਰਪੁਰ ਦੇ ਵਿੱਚ 4 ਘੰਟੇ ਪਹਿਲਾਂ ਖਰੀਦੀ ਲੋਟਰੀ ਦੇ ਉੱਤੇ 2.5 ਕਰੋੜ ਰੁਪਏ ਦਾ ਇਨਾਮ ਨਿਕਲਿਆ ਆ ਕਿਸਾਨ ਜਿਹੜੇ ਹੈਗੇ ਆ ਸ਼ੀਤਲ ਸਿੰਘ ਜੀ ਪਿਛਲੇ 40 ਸਾਲਾਂ ਤੋਂ ਲੋਟਰੀ ਖਰੀਦ ਰਹੇ ਸੀ ਤੇ ਉਹ ਸੋਮਵਾਰ ਨੂੰ ਦਵਾਈ ਖਰੀਦਣ ਲਈ ਆਏ ਤਾਂ ਲੋਟਰੀ ਦੀ ਟਿਕਟ ਖਰੀਦ ਲਈ ਤੇ ਇਸੇ ਵਜ੍ਹਾ ਦੇ ਨਾਲ ਜਦੋਂ ਉਹਨਾਂ ਦਾ ਇਨਾਮ ਨਿਕਲਿਆ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਇਆ। ਮਹਿਲਪੁਰ ਦੇ ਰਹਿਣ ਵਾਲੇ ਸ਼ੀਤਲ ਸਿੰਘ ਜੀ ਨੇ ਦੱਸਿਆ ਕਿ ਉਹ ਹਰ ਹਫ਼ਤੇ ਹੁਸ਼ਾਰਪੁਰ ਤੋਂ ਦਵਾਈ ਲੈਣ ਜਾਂਦੇ ਸਿਗੇ ਤੇ 4 ਨਵੰਬਰ ਨੂੰ ਵੀ ਦਵਾਈ ਲੈਣ ਗਏ ਸੀ ਤਾਂ ਉਹਨਾਂ ਨੇ ਇੱਕ ਸਟਾਲ ਤੋਂ ਲੋਟਰੀ ਦੀ ਟਿਕਟ ਖਰੀਦ ਲਈ। 3 ਵਜੇ ਜਦੋਂ ਦਵਾਈ ਲੈ ਕੇ ਉਹ ਘਰ ਵਾਪਸ ਆਏ ਤਾਂ ਸ਼ਾਮ ਕਰੀਬ 7 ਵਜੇ ਉਹਨਾਂ ਨੂੰ ਸਟਾਲ ਦੇ ਮਾਲਕ ਦਾ ਫੋਨ ਆਇਆ ਕਿ ਉਹਨਾਂ ਦੀ 2.5 ਕਰੋੜ ਦੀ ਲੋਟਰੀ ਜਿਹੜੀ ਉਹ ਲੱਗੀ ਉਹਨਾਂ ਨੂੰ ਯਕੀਨ ਨਹੀਂ ਹੋਇਆ। ਜਿਸ ਤੋਂ ਬਾਅਦ ਉਹ ਸੋਮਵਾਰ ਨੂੰ ਦੋਸਤਾਂ ਦੇ ਨਾਲ ਖੁਸ਼ਹਰਪੁਰੇ ਨੂੰ ਕਨਫਰਮ ਕਰਨ ਲਈ ਪੁੱਜੇ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਘਰ ਦੇ ਵਿੱਚ ਵੀ ਕਿਸੇ ਨੂੰ ਨਹੀਂ ਦੱਸਿਆ ਆ ਉਹ ਛੋਟੇ ਕਿਸਾਨ ਆ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਦੇਖਣਗੇ ਕਿ ਪੈਸੇ ਦਾ ਇਸਤੇਮਾਲ ਕਿਵੇਂ ਕਰਨਾ ਸੋ ਖੇਤੀ ਦਾ ਕੰਮ ਕਰਦੇ ਆ ਸੋ ਜੀ ਉਹਨਾਂ ਦੇ ਦੋ ਬੱਚਿਆਂ ਦੀ ਸ਼ਾਦੀ ਹੋ ਚੁੱਕੀ ਆ ਤੇ ਦੇਖੋ ਜੀ ਭਗਵਾਨ ਜਾਂ ਪਰਮਾਤਮਾ ਰੱਬ ਵਾਹਿਗੁਰੂ ਅੱਲਾਹ ਨੇ ਜਿਹਨੂੰ ਦੇਣਾ ਆ ਨਾ ਉਨੂੰ ਤੇ ਹੀ ਦਿਨਾਇਆ ਸੋ ਬਾਕੀ ਤੁਸੀਂ ਵੀ ਜਾ ਕੇ ਚੈੱਕ ਕਰਿਓ ਖਬਰ ਤੇ ਬਹੁਤ ਹੀ ਜਿਹੜੀ ਨਾ ਇਹ ਚੰਗੀ ਖਬਰ ਆ ਬੜੀ ਚਲੋ ਕਦੀ ਵੀ ਜਦੋਂ ਇਦਾਂ ਕਿਸੇ ਵਿਅਕਤੀ ਦੀ ਲੋਟਰੀ ਨਿਕਲਦੀ ਆ ਤੇ ਉਹਨਾਂ ਨੂੰ ਜ਼ਰੂਰਤ ਹੋਵੇ ਤੇ ਇਹ ਜਿਹੜਾ ਬਹੁਤ ਚੰਗਾ ਕੰਮ ਹੁੰਦਾ ਸੋਨੇ ਤੇ ਹਾਕਾ ਹੁੰਦਾ ਸੋ ਚੈੱਕ ਜ਼ਰੂਰ ਕਰਿਓ ਜੀ ਖੁਸ਼ ਰਹੋ ਤੇ ਜਿੰਦਾਬਾਦ